ਤੇ ਸਭ ਅੱਗੇ ਆਪਾਂ ਅਗਰ ਗੱਲ ਕਰੀਏ ਹੁਣ ਅੱਜ ਕੱਲ੍ਹ ਆਪਾਂ ਜੇ ਅੱਜ ਕੱਲ੍ਹ ਦੇ ਸਮੇਂ ਦੀ ਗੱਲ ਕਰਦੇ ਹਾਂ ਤੇ ਮਾਡਰਨ ਟਾਈਮ ਕਹਿੰਦੇ ਜ਼ਰੂਰ ਆ, ਲੇਕਿਨ ਇਸ ਮਾਡਰਨ ਟਾਈਮ ਦੇ ਵਿੱਚ ਵੀ ਹੋਰ ਨਵੀਆਂ ਚੀਜ਼ਾਂ ਕੀ ਆਈ ਆ, ਡਾਇਟ ਦੇ ਵਿੱਚ ਵੀ ਮਾਡਰਨਿਟੀ ਸਟਾਰਟ ਹੋ ਗਈ ਹੈ। ਅੱਗੇ ਤਾਂ ਇਹ ਕਹਿੰਦੇ ਸੀ ਕਲਚਰ ਨੂੰ ਲੈ ਕੇ ਮਾਡਰਨਿਟੀ ਚੇਂਜ ਹੋਈਆਂ, ਪੜ੍ਹਾਈ ਨੂੰ ਲੈ ਕੇ ਜਾਂ ਲੇਡੀਜ਼ ਜਾਂ ਮਤਲਬ ਜਿਵੇਂ ਬਰਾਬਰ ਸਮਾਨਤਾ ਇਹ ਸਭ, ਲੇਕਿਨ ਹੁਣ ਦੀ ਮਾਡਰਨਿਟੀ ਇਹ ਕਹਿੰਦੀ ਹੈ ਕਿ ਤੁਸੀਂ ਜਿਹੜੀ ਡਾਇਟ ਆ ਉਹ ਵੀਗਨ ਕਰ ਲਓ। ਮਤਲਬ ਬੜੇ ਸਿੰਪਲ ਭਾਸ਼ਾ ਨਾਲ ਹਰ ਕੋਈ ਵੀਗਨ ਡਾਇਟ ਦੇ ਦੁਆਲੇ ਹੀ ਲੱਗਾ ਆ, ਅਲੱਗ ਅਲੱਗ ਬ੍ਰਾਂਡਸ ਬਣਦੇ ਪਏ ਆ, ਪ੍ਰੋਡਕਟਸ ਬਣ ਰਹੇ ਹੈ। ਪਹਿਲੀ ਗੱਲ ਤਾਂ ਹਲੇ ਤੱਕ ਸਾਡੇ ਆਪਾਂ ਨੋਰਮਲ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਸਾਰੇ ਜਿਹੜੇ ਸਾਡੇ ਭੈਣ ਭਰਾ ਸਾਨੂੰ ਸੁਣ ਰਹੇ ਹੈਗੇ ਆ ਉਹ ਇਹੀ ਸੋਚ ਰਹੇ ਆ, ਹਲੇ ਤੱਕ ਅੱਧਿਆਂ ਨੂੰ ਇਹੀ ਨਹੀਂ ਪਤਾ ਵੀਗਨ ਡਾਇਟ ਕੀ ਹੈ। ਵੀਗਨ ਤੋਂ ਇਹ ਸਮਝਦੇ ਸ਼ਾਇਦ ਵੈਜੀਟੇਰੀਅਨ, ਠੀਕ ਹੈ, ਜਿਹਦੇ ਵਿੱਚ ਹੁਣ ਕਈ ਲੋਕ ਕਹਿ ਦਿੰਦੇ ਕਿ ਐਸ ਆਪਾਂ ਚਿਕਨ ਨਹੀਂ ਖਾਂਦੇ ਬਟ ਐੱਗ ਖਾ ਲੈਂਦੇ ਹਾਂ, ਠੀਕ ਹੈ, ਅਤੇ ਇਹਨਾਂ 'ਚ ਬੜੀ ਕਨਫਿਊਜ਼ਨ ਹੈ। ਔਰ ਵੀਗਨ ਡਾਇਟ ਨੂੰ ਨੋਰਮਲ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਇਜ਼ ਇਟ ਵੈਜੀਟੇਰੀਅਨ ਔਰ ਨੋਨ ਵੈਜੀਟੇਰੀਅਨ ਜਾਂ ਫਿਰ ਕੋਈ ਇਹ ਥਰਡ ਇੱਕ ਕਹਿ ਲਓ ਇਹਦਾ ਲੈਵਲ ਨਿਕਲ ਕੇ ਆਇਆ। ਸੋ ਮੇਰਾ ਜਿਹੜਾ ਕੁਐਸਚਨ ਹੈਗਾ ਉਹ ਇਹ ਹੈਗਾ ਕਿ ਵੀਗਨ ਡਾਇਟ ਕੀ ਹੈਗੀ ਹੈ, ਠੀਕ ਹੈ, ਔਰ ਇਹ ਸਾਡੀ ਕੀ ਇਹ ਬੈਲੈਂਸ ਡਾਇਟ ਨੂੰ ਵੀ ਪੂਰਾ ਕਰਦੀ ਹੈ, ਅਤੇ ਇਹਦੇ ਵਿੱਚ ਹੀ ਨਾਲ ਦੇ ਨਾਲ ਇੱਕ ਕੁਐਸਚਨ ਹੋਰ ਹੈਗਾ ਕਿ ਕਿੰਨੀ ਕੁ ਜ਼ਿਆਦਾ ਇਹ ਸਾਡੇ ਸਿਹਤ ਲਈ ਵਧੀਆ ਆ ਲੈ ਲਈ ਕਿ ਸਾਨੂੰ ਇਹ ਰੈਗੂਲਰ ਵੀਗਨ ਡਾਇਟ 'ਤੇ ਰਹਿਣਾ ਚਾਹੀਦਾ, ਜਿਵੇਂ ਕਿ ਅੱਜ ਕੱਲ੍ਹ ਦੇ ਲੋਕ ਜਿਹੜੇ ਆ ਵੀਗਨ ਡਾਇਟ, ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਵੀ ਸੁਣੇ ਸੁਣਾਈ ਗੱਲਾਂ 'ਤੇ ਵੀਗਨ ਡਾਇਟ ਨੂੰ ਸ਼ੁਰੂ ਕਰਤਾ, ਪਤਾ ਹੈ ਨਹੀਂ ਕੀ ਹੈ, ਬਸ ਸ਼ੁਰੂ ਕਰ ਦਿੱਤਾ ਕਿ ਉਹ ਕਹਿ ਰਹੇ ਆ ਤੁਸੀਂ ਸਬਜ਼ੀਆਂ ਖਾ ਲਓ, ਠੀਕ ਹੈ, ਉਹਨਾਂ ਨੂੰ ਪਤਾ ਨਹੀਂ ਐਕਚੁਅਲ, ਬਟ ਠੀਕ ਆ ਜੋ ਕਹੀ ਜਾ ਰਿਹਾ ਉਹ ਕਰੀ ਜਾ ਰਹੇ। ਤਾਂ ਤੁਸੀਂ ਇੱਥੇ ਪਲੀਜ਼ ਸਾਨੂੰ ਚਾਨਣਾ ਪਾਓ ਕਿ ਵੀਗਨ ਡਾਇਟ ਇਜ਼ ਗੁੱਡ ਫੋਰ ਅਵਰ ਹੈਲਥ ਔਰ ਨੋਟ, ਕੀ ਇਹ ਕੀ ਹੈਗਾ ਔਰ ਬੈਲੈਂਸ ਡਾਇਟ ਨੂੰ ਕੀ ਇਹ ਕਵਰ ਕਰਦੀ ਹੈ, ਕਿ ਬੈਲੈਂਸ ਡਾਇਟ ਦਾ ਕਨਸੈਪਟ ਇਹਦੇ ਨਾਲੋਂ ਬਹੁਤ ਵੱਖਰਾ ਹੈ ਅਤੇ ਕਿਵੇਂ ਹੈਗਾ ਉਹ। ਠੀਕ ਹੈ, ਤੁਹਾਡਾ ਕੁਐਸਚਨ ਬਹੁਤ ਵਧੀਆ ਹੈ। ਵੀਗਨ ਡਾਇਟ ਇੱਕ ਦੋ ਚੀਜ਼ਾਂ ਹੈਗੀਆਂ, ਇੱਕ ਵੀਗਨ ਹੈ ਔਰ ਇੱਕ ਐਨੀਮਲ ਡਾਇਟ ਹੈਗੀ ਆ। ਐਨੀਮਲ ਪ੍ਰੋਡਕਟਸ ਤਾਂ ਜਿਸ ਤਰ੍ਹਾਂ ਤੁਸੀਂ ਸਮਝਦੇ ਹੈਗੇ ਆ ਕਿ ਐਨੀਮਲਸ ਤੋਂ ਹੈ, ਚਿਕਨਸ ਤੋਂ ਹੈ, ਫਿਸ਼ ਤੋਂ ਹੈ, ਇਹ ਸਾਰੇ ਜਿਹੜੇ ਪ੍ਰੋਡਕਟਸ ਹੈਗੇ ਆ ਇਹ ਐਨੀਮਲ ਪ੍ਰੋਡਕਟਸ ਆ ਜਾਂਦੇ ਹੈਗੇ ਆ। ਵੀਗਨ ਜਿਹੜਾ ਹੈ ਇਹ ਸਾਰਾ ਪਲਾਂਟ ਬੇਸਡ ਡਾਇਟ ਹੈਗਾ ਆ। ਵੈਜੀਟੇਰੀਅਨ ਔਰ ਵੀਗਨ ਦੇ ਵਿੱਚ ਇਹ ਫਰਕ ਹੈਗਾ ਕਿ ਵੈਜੀਟੇਰੀਅਨ ਜਿਹੜਾ ਡਾਇਟ ਹੈਗਾ ਆ ਉਹ ਪਲਾਂਟ ਬੇਸਡ ਹੈਗਾ ਆ, ਪਰ ਜਿਹੜਾ ਵੀਗਨ ਹੈਗਾ ਆ ਇਹ ਆਲ ਪ੍ਰੋਡਕਟਸ ਮਤਲਬ ਉਹਨਾਂ ਦੇ ਐਨੀਮਲਸ ਦਾ ਕੋਈ ਵੀ ਪ੍ਰੋਡਕਟ ਉਹ ਯੂਜ਼ ਨਹੀਂ ਕਰਦੇ, ਈਵਨ ਉਹਨਾਂ ਦੇ ਸ਼ੂਜ਼ ਵੀ ਨਹੀਂ ਯੂਜ਼ ਕਰਦੇ, ਉਹਨਾਂ ਦੀਆਂ ਬੈਲਟਸ ਵੀ ਨਹੀਂ ਯੂਜ਼ ਕਰਦੇ ਔਰ ਉਹਨਾਂ ਦੇ ਪਰਸ ਵੀ ਨਹੀਂ ਯੂਜ਼ ਕਰਦੇ ਔਰ ਐਨੀਮਲਸ ਨੂੰ ਬਿਲਕੁਲ ਮਤਲਬ ਉਹਨਾਂ ਨੇ ਯੂਜ਼ ਨਹੀਂ ਕਰਨਾ ਐਨੀਮਲ ਪ੍ਰੋਡਕਟਸ ਨੂੰ। ਅਤੇ ਵੀਗਨ ਜਿਹੜਾ ਹੈਗਾ ਆ ਉਹ ਵੈਸੇ ਨੋਰਮਲੀ ਤਾਂ ਜਿੰਨੀਆਂ ਵੀ ਸਟੱਡੀਜ਼ ਆਈਆਂ ਆ ਉਹਦੇ ਵਿੱਚ ਈਵਨ ਹਾਰਟ ਨੂੰ ਵੀ ਰਿਵਰਸਲ ਦੇ ਵਿੱਚ ਉਹ ਇੰਪੋਰਟੈਂਟ ਦੱਸਿਆ ਗਿਆ ਹੈਗਾ ਆ, ਪਰ ਇਸ ਵੀਗਨ ਡਾਇਟ ਦੇ ਵਿੱਚ ਕੁਛ ਇੱਕ ਖਾਮੀਆਂ ਹੈਗੀਆਂ ਆ, ਜਿਸ ਤਰ੍ਹਾਂ ਕਿ ਜਿਹੜੇ ਪ੍ਰੋਡਕਟ ਜਿਹੜੀਆਂ ਨਿਊਟ੍ਰੀਐਂਟਸ ਸਾਨੂੰ ਐਨੀਮਲ ਪ੍ਰੋਡਕਟਸ ਤੋਂ ਮਿਲ ਜਾਂਦੀਆਂ ਆ ਉਹ ਸਾਨੂੰ ਵੀਗਨ ਡਾਇਟ ਦੇ ਵਿੱਚ ਕਈ ਵਾਰੀ ਡੈਫੀਸ਼ੀਐਂਟ ਹੁੰਦੀਆਂ ਹੈਗੀਆਂ ਆ। ਫਾਰ ਐਗਜ਼ਾਮਪਲ ਜਿਸ ਤਰ੍ਹਾਂ ਕਿ ਜ਼ਿੰਕ ਹੈ, ਆਇਰਨ ਹੈ, ਪ੍ਰੋਟੀਨ ਹੈ, ਓਮੇਗਾ 3 ਹੈ, ਇਹ ਜਿਹੜੇ ਪ੍ਰੋਡਕਟਸ ਹੈਗੇ ਆ ਜਾਂ ਨਿਊਟ੍ਰੀਐਂਟਸ ਹੈਗੇ ਆ ਇਹ ਸਾਨੂੰ ਹਮੇਸ਼ਾ ਵੀਗਨ ਡਾਇਟ ਵਾਲਿਆਂ ਨੂੰ ਘਾਟ ਰਹਿੰਦੀ ਹੈਗੀ ਆ ਔਰ ਉਹਨਾਂ ਦੇ ਵਿੱਚ ਫਿਰ ਸਾਨੂੰ ਸਪਲੀਮੈਂਟ ਕਰਨ ਦੀ ਲੋੜ ਹੈਗੀ ਆ ਔਰ ਜੇ ਅਸੀਂ ਸਪਲੀਮੈਂਟ ਨਹੀਂ ਕਰਦੇ ਤਾਂ ਉਹਨਾਂ ਦੀ ਡੈਫੀਸ਼ੈਂਸੀ ਜਿਹੜੀ ਡਿਜ਼ੀਜ਼ ਹੈਗੀਆਂ ਆ ਉਹ ਸਾਨੂੰ ਉੱਭਰ ਕੇ ਸਾਹਮਣੇ ਆਉਂਦੀਆਂ ਹੈਗੀਆਂ ਆ। ਤਾਂ ਇਸ ਕਰਕੇ ਜਿਹੜਾ ਤੁਸੀਂ ਕਿਹਾ ਆ ਕਿ ਜਿਹੜਾ ਐੱਗ ਖਾਂਦਾ ਉਹਨੂੰ ਐਗੀਟੇਰੀਅਨ ਕਹਿੰਦੇ ਆ, ਜਿਹੜਾ ਫਿਸ਼ ਖਾਂਦਾ ਆ ਉਹਨੂੰ ਪੈਸਕੋਟੇਰੀਅਨ ਕਹਿੰਦੇ ਹੈਗੇ ਆ, ਅਤੇ ਜਿਹੜਾ ਮਤਲਬ ਨੋਨ ਵੈਜ ਖਾਂਦੇ ਹੈਗੇ ਆ ਉਹ ਤਾਂ ਖਾਂਦੇ ਹੀ ਹੈਗੇ ਆ। ਸੋ ਇਸ ਕਰਕੇ ਡਿਫਰੈਂਟ ਡਿਫਰੈਂਟ ਹੈਗੇ ਆ ਔਰ ਇਹਨਾਂ ਦੇ ਜਿਹੜੇ ਪ੍ਰਭਾਵ ਹੈਗੇ ਆ ਉਹ ਵੀ ਡਿਫਰੈਂਟ ਹੈਗੇ ਆ। ਔਰ ਜੇ ਅਸੀਂ ਡਾਇਬਟੀਜ਼ ਦੀ ਗੱਲ ਕਰੀਏ ਤਾਂ ਡਾਇਬਟੀਜ਼ ਦੇ ਵਿੱਚ ਵੀ ਜਿਹੜੇ ਪਿਓਰ ਐਨੀਮਲ ਪ੍ਰੋਡਕਟਸ ਖਾਂਦੇ ਹੈਗੇ ਆ ਉਹਨਾਂ ਦੀ ਮਾਤਰਾ ਜ਼ਿਆਦਾ ਹੈਗੀ ਆ, ਉਦੋਂ ਬਾਅਦ ਫਿਰ ਐਗੀਟੇਰੀਅਨ ਦੀ ਆ ਜਾਂਦੀ ਆ, ਫਿਰ ਪੈਸਕੋਟੇਰੀਅਨ ਦੀ ਆ ਜਾਂਦੀ ਆ, ਅਤੇ ਫਿਰ ਸਾਡੇ ਵੀਗਨ ਦੀ। ਵੀਗਨ ਦਾ ਜਿਹੜਾ ਇੰਸੀਡੈਂਸ ਹੈਗੀ ਆ ਡਾਇਬਟੀਜ਼ ਦੀ ਉਹ ਸਭ ਨਾਲੋਂ ਘੱਟ ਹੈਗੀ ਆ। ਸੋ ਇਸ ਕਰਕੇ ਇਸ ਲਿਹਾਜ਼ ਦੇ ਨਾਲ ਜਿਹੜਾ ਵੀਗਨ ਡਾਇਟ ਹੈਗਾ ਆ ਉਹ ਬੈਟਰ ਹੈਗਾ ਆ, ਪਰ ਜਿਹੜੇ ਸਾਡੀ ਡੈਫੀਸ਼ੈਂਸੀਜ਼ ਹੁੰਦੀਆਂ ਆ ਉਹਨਾਂ ਦਾ ਅਗਰ ਅਸੀਂ ਖਿਆਲ ਰੱਖ ਲਈਏ ਤਾਂ ਅਸੀਂ ਇਹ ਵੀਗਨ ਡਾਇਟ ਨੂੰ ਅੱਛੀ ਤਰ੍ਹਾਂ ਲੈ ਸਕਦੇ ਹੈਗੇ।
ਬਟ ਅਗਰ ਫਿਰ ਆਪਾਂ ਗੱਲ ਕਰੀਏ ਤਾਂ ਬੈਲੈਂਸ ਡਾਈਟ ਤਾਂ ਨਹੀਂ ਨਾ ਇਹ ਹੈਗੀ। ਬੈਲੈਂਸ ਡਾਈਟ ਜਿਹੜੀ ਹੈ ਉਹ ਉਹਦੇ ਵਿੱਚ ਬੈਲੈਂਸ ਅਸੀਂ ਕਿਹਨੂੰ ਕਹਿੰਦੇ ਆ, ਬੈਲੈਂਸ ਦੇ ਵਿੱਚ ਅਸੀਂ ਕਹਿੰਦੇ ਆ ਕਿ ਸਾਰੇ ਦੇ ਸਾਰੇ ਜਿਹੜੇ ਨਿਊਟ੍ਰੀਐਂਟਸ ਹੈਗੇ ਆ ਉਹ ਹੋਣੇ ਚਾਹੀਦੇ ਆ। ਉਹਦੇ ਵਿੱਚ ਕੀ ਆ ਜਾਂਦਾ, ਕਾਰਬੋਹਾਈਡਰੇਟਸ ਆ ਜਾਂਦੇ ਹੈਗੇ ਆ, ਕਾਰਬੋਹਾਈਡਰੇਟਸ ਆ ਜਾਂਦੇ ਹੈਗੇ ਆ, ਫਿਰ ਪ੍ਰੋਟੀਨਸ ਆ ਜਾਂਦੀਆਂ, ਫਿਰ ਫੈਟਸ ਆ ਜਾਂਦੀਆਂ, ਫਿਰ ਵਿਟਾਮਿਨਸ ਆ ਜਾਂਦੇ ਆ, ਫਾਈਟੋ ਨਿਊਟ੍ਰੀਐਂਟਸ ਆ ਜਾਂਦੇ ਆ, ਫਾਈਬਰਸ ਆ ਜਾਂਦੀਆਂ ਹੈਗੀਆਂ ਆ, ਮਿਨਰਲਸ ਆ ਜਾਂਦੇ ਹੈਗੇ ਆ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਆ ਇਹ ਬੈਲੈਂਸ ਡਾਈਟ ਦੇ ਵਿੱਚ ਹੁੰਦੀਆਂ ਆ। ਪਰ ਜੇ ਅਸੀਂ ਬੈਲੈਂਸ ਡਾਈਟ ਐਨੀਮਲ ਦੇ ਵਿੱਚ ਦੇਖੀਏ ਤਾਂ ਐਨੀਮਲਸ ਦੇ ਵਿੱਚ ਵੀ ਸਿਰਫ ਪ੍ਰੋਟੀਨਸ ਔਰ ਫੈਟ ਹੁੰਦੀਆਂ ਆ, ਕਾਰਬੋਹਾਈਡਰੇਟ ਬਿਲਕੁਲ ਨਹੀਂ ਹੁੰਦੇ। ਇਸ ਕਰਕੇ ਜਿਹੜੀਆਂ ਵੀਗਨ ਡਾਈਟ ਹੈਗੀ ਆ ਉਹਦੇ ਵਿੱਚ ਵੀ ਅਸੀਂ ਥੋੜ੍ਹੇ ਬਹੁਤ ਕਾਰਬੋਹਾਈਡਰੇਟ, ਬਹੁਤ ਘੱਟ ਕਾਰਬੋਹਾਈਡਰੇਟ ਹੁੰਦੇ ਆ, ਫੈਟ ਬਿਲਕੁਲ ਨਹੀਂ ਹੁੰਦੀ, ਪ੍ਰੋਟੀਨ ਬਹੁਤ ਘੱਟ ਹੁੰਦੀ ਆ। ਇਹ ਮਤਲਬ ਇਹ ਆ ਕਿ ਇਹਦੇ ਵਿੱਚ ਇਹਦੇ ਨਾਲ ਸਾਨੂੰ ਸਪਲੀਮੈਂਟ ਨਾਲ ਕਰਨੇ ਪੈਣੇ ਹੈਗੇ ਆ, ਕਿਉਂਕਿ ਜੇ ਅਸੀਂ ਵੀਗਨ ਡਾਈਟ ਹੀ ਲੈਂਦੇ ਹੈਗੇ ਹਾਂ ਉਹਦੇ ਨਾਲ ਸਾਨੂੰ ਅਨਾਜ ਵੀ ਜਿਹੜਾ ਹੈਗਾ ਆ ਉਹ ਵੀ ਨਾਲ ਲੈਣਾ ਪੈਣਾ ਹੈਗਾ ਆ ਤਾਂ ਕਿ ਸਾਡਾ ਕਾਰਬੋਹਾਈਡਰੇਟ ਪੂਰਾ ਹੋਵੇ। ਫਿਰ ਸਾਨੂੰ ਓਮੇਗਾ 3 ਵਗੈਰਾ ਵੀ ਨਾਲ ਸਪਲੀਮੈਂਟ ਕਰਨਾ ਪੈਣਾ ਹੈਗਾ ਆ, ਅਤੇ ਫੈਟ ਵੀ ਨਾਲ ਕਰਨੀ ਪੈਣੀ ਹੈ। ਅਤੇ ਇਸ ਤਰੀਕੇ ਦੇ ਨਾਲ ਅਸੀਂ ਉਹਨੂੰ ਬੈਲੈਂਸ ਡਾਈਟ ਬਣਾ ਸਕਦੇ ਹੈਗੇ ਹਾਂ। ਆਪਣੇ ਆਪ ਦੇ ਵਿੱਚ ਕੋਈ ਵੀ ਬੈਲੈਂਸਡ ਨਹੀਂ ਹੈ।